ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਕਮੋ ਪੱਚੂ ਅਤੇ ਮੈਂ ਅੱਜ ਇੰਸਟਾਗ੍ਰਾਮ 'ਤੇ ਹੀ ਅੱਜ ਸਵੇਰੇ ਅਤੇ ਅੱਜ ਅਤੇ ਉੱਥੇ ਮੈਂ ਪੋਸਟ ਦੇਖੀ ਆਪਣੀ ਇੱਕ, ਅਤੇ ਉਹ ਸੀਗੀ ਗਰਿੱਪ ਦੇ ਰਿਲੇਟਡ ਸੀਗੀ ਉਹ। ਅਤੇ ਅੱਜ ਐਤਵਾਰ ਦਾ ਦਿਨ ਤਾਂ ਹੈਗਾ ਵੀ ਮੈਂ ਘਰ ਹੀ ਹਾਂ, ਅਤੇ ਮੈਂ ਕਿਹਾ ਚਲੋ ਮੈਂ ਸ਼ੀਸ਼ੇ 'ਤੇ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਪਾ ਦਿੰਦਾ ਅਤੇ ਉਹਨਾਂ ਨੂੰ ਵੀ ਟੈਗ ਕਰੂੰਗਾ ਜਿਨ੍ਹਾਂ ਨੇ ਪੋਸਟ ਪਾਏ ਸੀ ਉਹ। ਅਤੇ ਉਹਨਾਂ ਦਾ ਕੁਐਸਚਨ ਸੀਗਾ ਅਤੇ ਗਰਿੱਪ ਵਧੀਆ ਕਿਹੜਾ ਆ, ਉਹ ਜਿੱਦਾਂ ਕਿਹੜਾ ਗਰਿੱਪ ਤੁਸੀਂ ਪ੍ਰੈਫਰ ਕਰਦੇ ਆ। ਅਤੇ ਮੈਂ ਆਪਣਾ ਨਹੀਂ ਦੱਸੂੰਗਾ ਮੈਂ ਕਿਹੜਾ ਪ੍ਰੈਫਰ ਕਰਦਾ, ਪਰ ਮੇਰਾ ਓਪੀਨੀਅਨ ਸੀ ਅਤੇ ਇਹ ਸੀਗਾ ਕਿ ਐਂਡ ਤੁਹਾਡਾ ਐਂਡ ਗੋਲ ਕੀ ਆ, ਅਤੇ ਉਹ 'ਤੇ ਡਿਪੈਂਡ ਕਰਦਾ। ਆਈ ਥਿੰਕ ਇਹ ਮੇਰਾ ਪਰਸਨਲ ਓਪੀਨੀਅਨ, ਤੁਹਾਡਾ ਵੱਖਰਾ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਅਤੇ ਪਹਿਲਾ ਸੀਗਾ ਆਪਣਾ ਆਹ ਵਾਲਾ ਗਰਿੱਪ, ਆਪਣਾ ਜਿਹੜਾ ਪੁਰਾਣੀਆਂ ਬਾਲੀਵੁੱਡ ਦੀਆਂ ਮੂਵੀਆਂ ਹੁੰਦੀਆਂ ਸੀ ਨਾ, ਉਹ ਉਹਨਾਂ ਦੇ ਵਿੱਚ ਇੱਦਾਂ ਹੁੰਦਾ ਸੀ ਫਿਊ ਫਿਊ। ਅਤੇ ਦੂਜਾ ਸੀਗਾ ਆਹ ਪ੍ਰੈਫਰਡ ਬਾਈ ਦ ਮੈਸਸ, ਆਹ ਵਾਲਾ ਗਰਿੱਪ। ਅਤੇ ਤੀਜਾ ਗਰਿੱਪ ਸੀਗਾ ਉਹਨਾਂ ਦਾ ਆਹ ਵਾਲਾ, ਮੈਂ ਕਿਹਾ ਆਹ ਵੀ ਸੀਗਾ ਪੁਰਾਣੀਆਂ ਮੂਵੀਆਂ ਦੇ ਵਿੱਚ ਬਾਲੀਵੁੱਡ ਦੀਆਂ 'ਚ। ਅਤੇ ਮੈਂ ਚਲੋ ਹੁਣ ਆਪਾਂ ਟੈਸਟ ਕਰਦੇ ਹਾਂ, ਅਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਹੜਾ ਗਰਿੱਪ ਵਧੀਆ ਲੱਗਦਾ, ਤੁਸੀਂ ਕਿਹੜਾ ਪ੍ਰੈਫਰ ਕਰਦੇ ਆ, ਠੀਕ ਆ। ਚਲੋ ਅਤੇ ਆਪਾਂ ਹੁਣ ਟਰਾਈ ਕਰਦੇ ਹਾਂ। ਅਤੇ ਪਹਿਲਾ ਗਰਿੱਪ ਆਪਾਂ ਕਰਾਂਗੇ ਆਹ ਆਪਣੀ ਰੈਸਟ ਨੂੰ ਹੋਲਡ ਕਰਨ ਵਾਲਾ। ਲਓ ਜੀ ਇਹ ਹੈਗਾ ਆਪਣਾ, ਪਰ ਮੈਂ ਟਾਰਗੇਟ ਫੇਰ ਵੀ ਸ਼ੂਟ ਕਰ ਲਿਆ, ਮੈਂ ਅਪਰੋਕਸੀਮੇਟਲੀ 10 ਜਾਂ 12 ਯਾਰਡ 'ਤੇ ਖੜ੍ਹਾ ਇਸ ਟਾਈਮ। ਅਤੇ ਦੂਜੀ ਵਾਰ ਠੀਕ ਆ, ਅਤੇ ਆਪਣਾ 30 ਕੱਪ ਗਰਿੱਪ ਕਰ ਦਿੰਦੇ ਨੂੰ, ਇਹ ਫਿਰ ਦੱਸਿਓ ਆਪਣਾ ਤੁਸੀਂ ਕੀ ਸੋਚਦੇ ਇਹਦੇ ਬਾਰੇ, ਠੀਕ ਆ। ਉਹ ਤੋਂ ਬਾਅਦ ਆਹ ਠੀਕ ਆ, ਆ ਗੈਂਗਸਟਰ ਸਟਾਈਲ ਵੀ ਦੇਖ ਲਓ। ਅਤੇ ਆਹ ਵੀ ਕਰੇ ਦਿੰਦੇ ਆਪਾਂ, ਠੀਕ ਆ। ਆਹ ਵੀ ਗਰਿੱਪ ਹੈਗਾ। ਅਤੇ ਲਾਸਟਲੀ ਠੀਕ ਆ ਆਹ ਲਓ ਜੀ, ਆਹ ਸਾਰੇ ਗਰਿੱਪ ਸੀਗੇ ਜਿਹੜੇ ਤੁਸੀਂ ਵੀ ਟਰਾਈ ਕਰ ਸਕਦੇ ਹੋ। ਪਰ ਮੇਕ ਸ਼ੋਰ ਕਰੋ ਜੇ ਤੁਸੀਂ ਘਰ ਹੋਵੋ ਨਾ, ਤੁਹਾਡਾ ਬੈਕ ਡਰਾਪ ਹੋਵੇ ਕਿ ਮਗਰ ਨਾ ਹੋਵੇ ਕਿ ਤੁਹਾਡੀ ਪ੍ਰੋਪਰਟੀ 'ਤੇ। ਬੀ ਸੇਫ, ਅਤੇ ਜ਼ਰੂਰ ਕਮੈਂਟ ਕਰਿਓ ਤੁਹਾਨੂੰ ਕਿਹੜਾ ਗਰਿੱਪ ਵਧੀਆ ਲੱਗਦਾ, ਅਤੇ ਤੁਹਾਡਾ ਓਪੀਨੀਅਨ ਦੱਸਿਓ ਮੈਨੂੰ ਉਹਦੇ ਬਾਰੇ। ਓਕੇ ਜੀ, ਥੈਂਕ ਯੂ।